ਮਰ ਗਿਆ ਪ੍ਰਧਾਨ ਜੀ, ਕਿਹੜਾ ਇਹਨਾਂ ਨੂੰ ਪਦ ਤੋਂ ਆਵਾ ਨੀ ਦੇ ਰਿਹਾ। ਦੇਖੋ ਆ ਵਿਚਾਰੇ ਸਫਾਈ ਆਪਾਂ ਸਾਨੂੰ ਮਹਿਕਮੇ ਬਲੈਕਮੇਲ ਕਰਦੇ ਆ, ਸਾਡੀਆਂ ਬਿਲਡਿੰਗਾਂ ਢਵਾਉਣਗੇ। ਹੱਥ ਖੜੇ ਕਰਕੇ ਵਪਾਰੀ ਇੱਕ ਜਿੰਦਾਬਾਦ, ਵਪਾਰੀ ਇੱਕ ਜਿੰਦਾਬਾਦ, ਸ਼ਾਹੀ ਨਹੀਂ ਚਲੇਗੀ, ਧੱਕੇ ਸ਼ਾਹੀ ਨਹੀਂ ਚਲੇਗੀ, ਜਗਰੂਪ ਗਿੱਲ ਮਰਦਾਬਾਦ, ਅਸ਼ੋਕ ਮੇਹਰ ਮਰਦਾਬਾਦ, ਕਰਪਟ ਸਿਸਟਮ ਹਾਏ ਹਾਏ, ਕਰਪਟ ਸਿਸਟਮ ਹਾਏ ਹਾਏ। ਮੈਂ ਬੇਨਤੀ ਕਰਦਾ ਸ਼੍ਰੀਮਤੀ ਅੰਮ੍ਰਿਤਾ ਗੇਜੀ ਨੂੰ, ਉਹ ਆਪਣੇ ਵਿਚਾਰ ਸਮਝੋ। ਜਗਰੂਪ ਗਿੱਲ ਦੀ ਇੱਕ ਮੀਟਿੰਗ ਹੋਈ, ਉਹ ਵਿਚਾਰਾ ਬਿੱਠ ਸੀ ਆਪਾਂ, ਉਹ ਜਦੋਂ ਕੋਈ ਬੋਲਣ ਲੱਗਿਆ ਉਹ ਬੰਦਾ ਕਹਿੰਦਾ ਜਗਰੂਪ ਗਿੱਲ ਮੇਰਾ ਪਿਓ ਆ ਰਜੇਸ਼ ਬੰਸਲ, ਕਹਿੰਦਾ ਮੈਨੂੰ ਦੱਸੋ ਜੋ ਕੀ ਸਮੱਸਿਆ ਹੋਈ। ਅੱਜ ਉਹ ਵੀ ਬਿੱਠ ਸੀ ਆਪੇ ਕਰਦਾ ਬੰਦਾ, ਕੋਈ ਸੀਨੀਅਰ ਬੰਦਾ ਆ ਕੇ ਸਾਨੂੰ ਜਗਰੂਪ ਗਿੱਲ ਦੀ ਸਹੁੰ ਦੇ ਦਿਓ ਵੀ ਉਹਨੂੰ ਨਹੀਂ ਲੱਗਦਾ ਇਹਦੀ ਨੀਤ 'ਚ ਫਰਕ ਹੈ, ਜਾਂ ਉਹ ਸ਼ਹਿਰ ਵਾਸੀਆਂ ਦੇ ਨਾਲ ਵਪਾਰ ਮੰਡਲ ਦੇ ਨਾਲ ਇੱਕ ਵਪਾਰੀ ਤੌਰ ਦੇ ਨਾਤੇ, ਇੱਕ ਬਠਿੰਡੇ ਦੀ ਧੀ ਹੋਣ ਦੇ ਨਾਤੇ ਤੁਹਾਡੇ ਵਿੱਚ 15 ਅਗਸਤ ਨੂੰ ਮੈਂ ਵਾਅਦਾ ਕੀਤਾ ਸੀ ਕਿ ਮੈਂ ਹਰ ਵਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂੰਗੀ ਤੇ ਸਪੋਰਟ ਕਰੂੰਗੀ। ਉਸਦੇ ਰੋਸ਼ਨ ਰੂਪ ਅੱਜ ਵੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਜਿਹੜੇ ਏਰੀਆ ਦੇ ਵਿੱਚ ਇਹਨਾਂ ਦੇ ਪ੍ਰੋਗਰਾਮ ਆਉਂਦੇ ਸੀ, ਜਿਹੜੇ ਬਾਜ਼ਾਰਾਂ ਦੇ ਵਿੱਚ ਉਹ ਪੂਰਨ ਤੌਰ ਦੇ ਉੱਤੇ ਉਹਲੇ ਬਾਜ਼ਾਰ ਇਹਨਾਂ ਨੇ ਬੰਦ ਰੱਖੇ। ਕਿਉਂ ਕਾਰਨ, ਇਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਸੀ, ਉਸ ਮੀਟਿੰਗਾਂ ਦੇ ਵਿੱਚ ਐਜ਼ ਏ ਸਮਾਜ ਸੇਵੀ ਅਸੀਂ ਵੀ ਸ਼ਾਮਲ ਹੋਏ ਸੀਗੇ, ਤੇ ਜਿਹਦੇ ਵਿੱਚ ਇਹਨਾਂ ਨੇ ਸਿਰਫ ਠੇਕੇਦਾਰ ਦੀ ਹਮਾਇਤੀ ਕੀਤੀ ਸੀਗੀ। ਸਾਡੇ ਸਾਰੇ ਦੁਕਾਨਦਾਰਾਂ ਦੀ ਮੰਗ ਇਹ ਸੀਗੀ ਕਿ ਇਹ ਜਿਹੜੀਆਂ ਟੋਅ ਵੈਨ ਹੈ ਇਹ ਨਾ ਤਾਂ ਨਗਰ ਨਿਗਮ ਚਲਾਵੇ ਤੇ ਨਾ ਠੇਕੇਦਾਰ ਚਲਾਵੇ, ਇਹਨੂੰ ਜੇ ਚਲਾਉਣਾ ਤਾਂ ਟ੍ਰੈਫਿਕ ਪੁਲਿਸ ਚਲਾਵੇ, ਨਾਲੇ ਸਾਰੇ ਬਠਿੰਡੇ ਵਿੱਚ ਦੇਖਿਓ ਵੀ ਕਿੱਥੇ ਲੋੜ ਹੈ। ਇਹ ਨਹੀਂ ਵੀ ਆ 4-5 ਬਾਜ਼ਾਰਾਂ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਤੁਸੀਂ 50-50, 60-60 ਗੇੜੇ ਮਾਰੀ ਚੱਲੋ। ਤੁਹਾਨੂੰ ਜੀ ਫੈਸਟੀਵਲ ਦਾ ਹਾਊਸ ਦੇ ਬੰਦੇ ਬੈਠੇ, ਇਹਨਾਂ ਦੀ ਪੂਰੀ ਸ਼ਹਿਰ ਪੂਰੀ ਬੇਸ਼ਰਮੀ ਧਾਰ ਰੱਖੀ, ਇਹਨਾਂ ਨੇ ਮੋਟਾ ਚੰਮ ਹੈ, ਪਰ ਲੋਕਾਂ ਦੀ ਯੂਨਿਟੀ ਬਹੁਤ ਹੈ। ਜੇ ਲੋਕ ਐਵੇਂ ਇਕੱਠੇ ਰਹਿਣਗੇ ਮਸਲਾ ਤਾਂ ਹੱਲ ਹੋਊਗਾ ਹੀ ਹੋਊਗਾ, ਉਲਟਾ ਕੀ ਹੈ ਜਿੰਨਾ ਲੇਟ ਕਰਨਗੇ ਇਹਨਾਂ ਨੂੰ ਵੀ ਆਪਦਾ ਇਸ ਚੀਜ਼ ਦਾ ਨੁਕਸਾਨ ਝੱਲਣਾ ਪਊਗਾ। ਆਉਣ ਵਾਲੇ ਟਾਈਮ 'ਚ ਜਦੋਂ ਵੋਟਾਂ ਆਉਣਗੀਆਂ, ਇਹਨਾਂ ਨੂੰ ਕਿਸੇ ਨੇ ਥਾੜੇ ਨਹੀਂ ਚੜਨ ਦੇਣਾ, ਆਪਦੇ ਜਿਹੜੇ ਆ 5-6 ਸਾਰੇ ਦੁਕਾਨਦਾਰ, ਕਿਸੇ ਨੇ ਵੀ ਕੋਈ ਸਮੱਸਿਆ ਦੀ ਹੱਲ ਨਹੀਂ ਕੀਤੀ। ਅਸੀਂ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹਾਂ, ਉਹ ਗੱਲ ਕਰਨਗੇ ਵੀ ਤੁਸੀਂ ਤਾਂ ਤੁਹਾਡੇ ਏਸੀ ਲੱਗੇ ਆ, ਆਪਦੇ ਏਸੀ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ, ਉਹਨਾਂ ਨੂੰ ਉਹ ਨਹੀਂ ਦਿਖਦੇ ਕਿੰਨੇ ਬਾਜ਼ਾਰ, ਬੈਂਕ ਬਾਜ਼ਾਰ, ਆਰਾ ਸਮਾਜ ਚੌਂਕ, ਸਪੋਰਟਸ ਮਾਰਕੀਟ, ਰੇਲਵੇ ਰੋਡ, ਮਾਲ ਰੋਡ, ਸਾਰਾ ਇਹ ਸਾਰੇ ਬਾਜ਼ਾਰਾਂ ਦੇ ਵਿੱਚ ਚੱਲਦੀਆਂ ਸੀਗੀਆਂ। ਇਹ ਗੱਲ ਕਿਹਾ ਜੀ, ਪਰ ਸਾਡੇ ਇਸ ਮਸਲੇ ਨੂੰ ਕੋਈ ਮਤਲਬ ਸੀਰੀਅਸਲੀ ਲੈਂਦਾ ਨਹੀਂ ਪਿਆ। ਤੁਸੀਂ ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ, ਮੈਨੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਨਹਿਤ ਯਾਚਿਕਾ ਵੀ ਦਾਇਰ ਕੀਤੀ ਹੈ, ਉੱਥੇ ਐਸੀ ਅਰੋੜਾ ਐਡਵੋਕੇਟ ਵੀ ਹੈਗੇ, ਸੀਨੀਅਰ ਐਡਵੋਕੇਟ ਉਹਨਾਂ ਦੇ ਥਰੂ, ਉਸ ਦੀ ਸੁਣਵਾਈ ਵੀ ਜਿਹੜੀ ਹੈਗੀ ਹੈ 7 ਨਵੰਬਰ ਦੀ ਹੈ, ਨੋਟਿਸ ਵੀ ਜਾਰੀ ਹੋ ਗਿਆ ਕਾਰਪੋਰੇਸ਼ਨ ਠੇਕੇਦਾਰ।
ਲੇਕਿਨ ਲੋਕਾਂ ਦਾ ਦਰਦ ਹੀ ਇੰਨਾ ਹੈਗਾ, ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਜੇ ਗੱਲ ਕੀਤੀ ਨਹੀਂ ਹੁੰਦਾ ਤਾਂ ਜੋ ਵੀ ਦੁਕਾਨਦਾਰ ਅਗਲਾ ਫੈਸਲਾ ਲੈਣਗੇ ਉਹ ਸਾਰਾ ਜਿਹੜੀ ਦੋ ਵੈਨ ਹੈ ਮੁਲਾਜ਼ਮ ਰੱਖਾਂਗੇ। ਲੇਕਿਨ ਹੋਇਆ ਉਲਟ ਵੀ ਸਾਰੇ ਮੁਲਾਜ਼ਮ ਜਿਹੜੇ ਠੇਕੇਦਾਰ ਦੇ ਸੀਗੇ ਉਹੀ ਵਾਲੇ ਕੰਮ ਕਰੀ ਜਾਂਦੇ ਹੈਗੇ। ਜੇ ਗੱਲ ਕੀਤੀ ਕਿਉਂ ਨੀ ਆਉਂਦੇ ਤੁਹਾਡੇ ਸਾਰਾ ਲਾਹੌਰ ਮੰਡੀਆਂ ਵਾਲੇ ਸਾਰੇ ਸਾਡੇ ਸੰਪਰਕ, ਲੇਕਿਨ ਅੱਜ ਜਿਹੜੀ ਸਾਡੀ ਕਾਲ ਸੀਗੀ ਉਹ ਸਾਡੀ ਕਾਲ ਉੱਥੇ ਸੀ ਜਿੱਥੇ ਟੋਹ ਵੈਨਾਂ ਚੱਲਦੀਆਂ ਜਿਹੜੇ ਬਾਜ਼ਾਰ, ਉਹ ਪੂਰਨ ਤੌਰ ਦੇ ਉੱਤੇ ਸਾਰੇ ਬੰਦ। ਕਦੋਂ ਤੱਕ ਰਹਿਣਾ ਗਾ ਇਸ ਤਰ੍ਹਾਂ? ਫਿਲਹਾਲ ਦੋ ਵਜੇ ਤੱਕ ਦਾ ਕਾਰਪੋਰੇਸ਼ਨ ਦੇ ਅਫਸਰਾਂ ਵੱਲੋਂ ਔਰ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਪਾਰਮੰਡਲ ਦੇ ਨਾਲ ਸਮਝੌਤਾ ਕਰਕੇ ਵਾਅਦਾ ਕਰਕੇ ਦੋ ਵੈਨਾਂ ਅਸੀਂ ਬੰਦ ਕਰ ਦੇਵਾਂਗੇ, ਬੰਦ ਕਰਕੇ ਬਾਅਦ ਉਹ ਫਿਰ ਉਹ ਸਰਕਾਰ ਡਿਪਟੀ ਕਮਿਸ਼ਨਰ ਆਪਦੇ ਵੈਨਾਂ ਤੋਂ ਉਤਰ ਕੇ ਸਮਝੌਤਾ ਤੋੜ ਕੇ ਦੁਬਾਰਾ ਸ਼ਹਿਰ ਦੇ ਵਿੱਚ ਦੋ ਵੈਨਾਂ ਸ਼ੁਰੂ ਕਰਕੇ ਲੋਕਾਂ ਦੇ ਨਾਲ ਚੰਗਾ ਵਪਾਰੀਆਂ ਦੇ ਨਾਲ ਚੰਗਾ ਕੀਤਾ, ਔਰ ਜੋ ਸ਼ਹਿਰ ਦੇ ਵਿੱਚ ਤਿਉਹਾਰਾਂ ਦੇ ਸਮੂਹ ਕਰਕੇ ਵਪਾਰੀ ਲੋਕਾਂ ਨੇ ਆਪਦੇ ਸਾਲ ਭਰ ਦਾ ਜਿਹੜਾ ਸਮਾਨ ਵੇਚਣਾ ਹੁੰਦਾ ਹੈ, ਕਿਉਂਕਿ ਤਿਉਹਾਰਾਂ ਦੇ ਦਿਨਾਂ ਵਿੱਚ ਸਭ ਤੋਂ ਵੱਧ ਵਿਕਰੀ ਹੁੰਦੀ ਹੈ, ਔਰ ਲੋਕਾਂ ਦੇ ਵਿੱਚ ਵੀ ਉਤਸ਼ਾਹ ਹੁੰਦਾ ਖਰੀਦਦਾਰੀ ਨੂੰ ਲੈ ਕੇ। ਜਿਹੜੇ ਹਾਲਾਤ ਸ਼ਹਿਰ ਦੇ ਵਿੱਚ ਇਹਨਾਂ ਨੇ ਪੈਦਾ ਕੀਤੇ ਹੈ ਬਿਲਕੁਲ ਨਿੰਦਣਯੋਗ ਹੈ, ਵਪਾਰੀ ਵਰਗ ਦੇ ਨਾਲ ਧੋਖਾ ਹੈ। ਜਦੋਂ ਜਦੋਂ ਵਪਾਰੀ ਵਰਗ ਵਿਦਰੋਹ ਦੇ ਉਤਰਿਆ, ਕਿਉਂਕਿ ਇਹ ਲੋਕ ਸ਼ਾਂਤਮਈ ਢੰਗ ਨਾਲ ਵਪਾਰ ਕਰਦੇ ਆ, ਉਹਦਾ ਵਰਨ ਪੋਸ਼ਣ ਕਰਦੇ ਆ, ਜਦੋਂ ਵੀ ਇਹ ਵਰਗ ਵਿਦਰੋਹ ਦੇ ਉੱਤੇ ਹੈ ਉਹ ਉਤਰਿਆ ਤਾਂ ਉਦੋਂ ਇਹ ਸਮਝ ਲਓ ਵੀ ਸੂਬੇ ਦਾ ਬਹੁਤ ਵੱਡਾ ਨੁਕਸਾਨ ਹੋ ਜਾ ਰਿਹਾ ਹੈਗਾ, ਔਰ ਇਹਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਸਰਕਾਰ। ਸਤਿ ਸ਼੍ਰੀ ਅਕਾਲ ਜੀ, ਨਾਮ ਮੇਰਾ ਅੰਮ੍ਰਿਤ ਗਿੱਲ ਹੈ ਅਤੇ ਮੈਂ ਵਪਾਰੀ ਵਪਾਰ ਮੰਡਲ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਅੱਗੇ ਅੱਜ ਇੱਥੇ ਧਰਨਾ ਲਗਾਇਆ ਹੋਇਆ ਹੈ, ਕਿਉਂਕਿ ਇਹ ਕਾਰਪੋਰੇਸ਼ਨ ਜਿਹੜੀ ਹੈ ਵਪਾਰੀਆਂ ਦੀ ਲਗਾਤਾਰ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੀ ਮੰਗ ਹੈਗੀ ਆ ਕਿ ਜਿਹੜਾ ਇਹ ਕੰਟਰੈਕਟ ਦਿੱਤਾ ਹੋਇਆ ਹੈ ਇਹ ਕੰਟਰੈਕਟ ਰੱਦ ਹੋ ਕੇ ਇਹ ਕੰਟਰੈਕਟ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਦੇ ਅੰਡਰ ਆਉਣਾ ਚਾਹੀਦਾ ਹੈ, ਜਿਹਦੇ ਲਈ ਬਾਰ ਬਾਰ ਕਾਰਪੋਰੇਸ਼ਨ ਬੁਲਾ ਕੇ ਆਸ਼ਵਾਸਨ ਤਾਂ ਦਿੰਦੀ ਹੈ ਪਰ ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈਂਦੀ ਹੈਗੀ, ਤਾਂ ਹੱਕ ਕੇ ਅੱਕ ਕੇ ਥੱਕ ਕੇ ਵਪਾਰੀ ਲਗਾਤਾਰ ਇਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਅਤੇ ਹੁਣ ਅੱਜ ਵੀ ਸਾਡਾ ਇੱਥੇ ਪ੍ਰਦਰਸ਼ਨ ਹੈ, ਸਾਰਿਆਂ ਨੇ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ, ਔਰ ਤੁਸੀਂ ਜਾਣਦੇ ਹੋ ਨਰਾਤਿਆਂ ਦਾ ਸੀਜ਼ਨ ਹੋਵੇ ਵਪਾਰੀਆਂ ਦਾ, ਇਹ ਵਪਾਰ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਪੋਲਿਸੀਜ਼ ਜਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਕੋਈ ਚੰਗਾ ਨਹੀਂ ਹੈ, ਕਿਉਂਕਿ ਇਹ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ ਦੇ ਵਿੱਚ ਆਉਂਦੇ ਨੇ, ਬਹੁਤ ਹੀ ਛੋਟੇ ਵਪਾਰੀ ਨੇ, ਇੱਕ ਤਾਂ ਇੰਟਰਨੈਟ ਸੋਸ਼ਲ 'ਤੇ ਹੋਣ ਕਰਕੇ ਬਿਜ਼ਨਸ ਬਹੁਤ ਔਨਲਾਈਨ ਹੋਣ ਕਰਕੇ ਬਿਜ਼ਨਸ ਨੂੰ ਬਹੁਤ ਧੱਕਾ ਲੱਗਿਆ, ਅਤੇ ਦੂਜਾ ਜੇ ਆਪਾਂ ਇਹਨਾਂ ਦੀਆਂ ਦੁਕਾਨਾਂ 'ਤੇ ਕੋਈ ਜਾਊਗਾ ਹੀ ਨਹੀਂ ਅਤੇ ਕੋਈ ਵਹੀਕਲਸ ਨੂੰ ਨਾਲ ਦੀ ਨਾਲ ਇਲੀਗਲ ਧੱਕਾਸ਼ਾਹੀ ਦੇ ਨਾਲ ਖਿੱਚਿਆ ਜਾਂਦਾ, ਲਿਜਾਇਆ ਜਾਂਦਾ, ਗੁੰਡਾਗਰਦੀ ਕੀਤੀ ਜਾਂਦੀ ਹੈ, ਤੇ ਉਹਦੇ ਨਾਲ ਤਾਂ ਇਹ ਵਪਾਰੀ ਜਿਹੜੇ ਭੁੱਖੇ ਮਰ ਜਾਣਗੇ। ਆਪਾਂ ਨੂੰ ਅਸੀਂ ਮੈਂ ਵਪਾਰੀ ਹੋਣ ਦੇ ਨਾਤੇ ਵਪਾਰੀਆਂ ਦੇ ਨਾਲ ਖੜੀ ਹਾਂ ਅਤੇ ਅਸੀਂ ਇਹ ਲੜ ਰਹੇ ਹਾਂ ਅਤੇ ਇਹ ਜੰਗ ਜ਼ਰੂਰ ਜਿੱਤਾਂ। ਰਾਜਨੀਤਿਕ ਲੀਡਰਾਂ ਦੀ ਕਿਵੇਂ ਭੂਮਿਕਾ ਦੇਖਦੇ ਹੋ? ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਆਮ ਆਦਮੀ ਪਾਰਟੀ ਨੂੰ ਬੜੀ ਲੋਕਾਂ ਨੂੰ ਸਮਰਥਨ ਕਰ ਰਿਹਾ ਸੀ, ਲੋਕਾਂ ਦੀਆਂ ਸਮੱਸਿਆਵਾਂ ਹੱਲ।
ਆਮ ਆਦਮੀ ਪਾਰਟੀ ਤਾਂ ਕਹਿੰਦੇ ਬਦਲਾਅ ਦੀ ਸਰਕਾਰ ਸੀਗੀ, ਬਦਲਾਅ ਤਾਂ ਆਪ ਹੀ ਬੁੰਦ ਲਿਆ ਫਿਰਦਾ ਤੇ ਦੂਜਾ ਬਦਲਾਅ ਬਦਲੇ ਲੈ ਰਿਹਾ ਲੋਕਾਂ। ਕੋਈ ਵਰਗ ਜਿਹੜਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਇਸ ਸਰਕਾਰ ਤੋਂ ਖੁਸ਼ ਨਹੀਂ ਹੈ। ਸਰਕਾਰ ਨੇ ਦੁੱਗਣਾ ਚੌਗਣਾ ਕਰਜ਼ਾ ਲੈ ਲਿਆ। ਜਿਸ ਹਿਸਾਬ ਨਾਲ ਇਹ ਸਰਕਾਰ ਚੱਲ ਰਹੀ ਹੈ, ਪੰਜਾਬ ਦੇ ਉੱਤੇ 5 ਲੱਖ ਕਰੋੜ ਦਾ ਕਰਜ਼ਾ ਚੜਾ ਜੂਗੀ। ਇਹਨਾਂ ਦੇ 4 ਵਾਰ 2.5 ਸਾਲਾਂ 'ਚ ਤਾਂ ਮੰਤਰੀ ਬਦਲ ਗਏ। ਇਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦਾ ਵੀ ਕਰਨਾ ਕੀ ਹੈ। ਅੱਜ ਤੱਕ ਕਿਸਾਨਾਂ ਦੇ ਲਈ ਕੋਈ ਕਿਸਾਨੀ ਸੂਬਾ ਹੋਣ ਦੇ ਨਾਤੇ ਕੋਈ ਨੀਤੀਆਂ ਹੀ ਨਹੀਂ ਆਈਆਂ ਹੈਗੀਆਂ। ਤੇ ਕੋਈ ਵਰਗ ਬਿਜ਼ਨਸ ਹੋਵੇ ਆ, ਇੱਥੇ ਜਿਵੇਂ ਮੁਲਾਜ਼ਮ ਵੀ ਬੈਠੇ ਨੇ, ਨਾ ਕਿਸੇ ਦੀ ਜੌਬ ਦੇ ਲਈ ਹੈ, ਸਿਰਫ ਇਹ ਵੀ ਲੈਟਰ ਦੇ ਰਹੇ ਨੇ, ਜੌਬ ਆਫਰ, ਜੌਬ ਲੈਟਰ, ਜੌਬ ਹੈ ਨਹੀਂ, ਲੈਟਰ ਹੀ ਲੈਟਰ ਨੇ। ਤੋ ਜਿਹੜੀ ਸ਼ੀਸ਼ੇ ਦੇ ਵਿੱਚ ਜਾਂ ਦਿਖਾਉਣਾ, ਜਿਹੜਾ ਸ਼ੋਸ਼ਾ ਕਰਨਾ ਬਹੁਤ ਚੰਗਾ ਹੁੰਦਾ ਹੈ। ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੀ ਇਹਦੇ ਵਿੱਚ ਮਾਹਿਰ ਨੇ ਤੇ ਉਹ ਬਹੁਤ ਵਧੀਆ ਪਰਫੋਰਮ ਕਰ ਰਹੇ ਨੇ, ਪਰ ਗਰਾਊਂਡ ਲੈਵਲ ਤੇ ਲੋਕੀ ਨਿਰਾਸ਼, ਹਤਾਸ਼ ਤੇ ਪਰੇਸ਼ਾਨ। ਸੋਸ਼ਲ ਮੀਡੀਆ ਤੇ ਆ ਸ਼ਾਇਦ ਇਸ਼ਤਿਹਾਰ ਦੇਣ ਨਾਲ ਹੀ ਆਜੂ। ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਤਿਹਾਰ ਤੁਸੀਂ ਸਾਊਥ ਚ ਵੀ ਸਾਰੇ ਕਿਤੇ ਜਾ ਕੇ ਦੇਖ ਲਓਗੇ, ਸਰਕਾਰ ਬਹੁਤ ਚੰਗੀ ਚੱਲ ਰਹੀ ਹੈ। ਮੈਨੂੰ ਤੁਸੀਂ ਦੱਸੋ ਵੀ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਕੀ ਬਦਲਿਆ ਲੋਕਾਂ ਨੂੰ, ਆਮ ਲੋਕਾਂ ਨੂੰ ਪੁੱਜੇ ਪੁੱਛ ਕੇ ਦੇਖੇ, ਲੋਕ ਪਹਿਲਾਂ ਨਾਲੋਂ ਜ਼ਿਆਦਾ ਪਰੇਸ਼ਾਨ ਨੇ। ਹਸਪਤਾਲਾਂ ਦੇ ਵਿੱਚ ਦਵਾਈਆਂ ਹੈ ਨਹੀਂ, ਜੇ 2 ਤਰੀਕੇ ਦੀ ਦਵਾਈ ਜਿਹੜੀ ਹੈਗੀ ਆ ਉਹ ਹੀ ਦੇਈ ਜਾਓਗੇ ਕਿਸੇ ਨੂੰ, ਕੋਈ ਮਾਈਗ੍ਰੇਨ ਹੈ ਤੇ ਤੁਸੀਂ ਡੋਲੋਕ੍ਰੋਸਿਨ ਲਿਖ ਦੋਗੇ ਤਾਂ ਉਹਦੇ ਨਾਲ ਤਾਂ ਇਲਾਜ ਤਾਂ ਨਹੀਂ ਹੁੰਦਾ ਨਾ, ਉਹ ਇਲਾਜ ਦਾ ਭਰਮ ਤਾਂ ਫੈਲਾ ਰਹੇ ਨੇ ਔਰ ਇਹਦੇ ਵਿੱਚ ਇਹ ਮਾਹਿਰ। ਹਾਂ, ਕਿਉਂਕਿ ਡਾਕਟਰਾਂ ਦੇ ਫੇਵਰੇਬਲ ਕੰਡੀਸ਼ਨ ਹੀ ਨਹੀਂ ਹੈ। ਇੱਕ ਡਾਕਟਰ ਕੀ ਕਰੂਗਾ ਪਰਚੀ ਲਿਖ ਕੇ ਜੇ ਦਵਾਈ ਦੇਣ ਲਈ ਹੈ ਨਹੀਂ ਗੀ, ਔਰ ਉਹ ਬੋਲ ਵੀ ਨਹੀਂ ਸਕਦਾ ਇਹਦੇ ਵਿੱਚ। ਮੈਂ ਬੜੇ ਸਿਸਟਮ ਦੇ ਵਿੱਚ ਆ, ਮੈਨੂੰ ਸਾਰਾ ਪਤਾ ਲੱਗਦਾ। ਬੋਲ, ਤੁਸੀਂ ਤੁਹਾਨੂੰ ਤਕਲੀਫ ਹੈ, ਨਾਮ ਤੁਹਾਡਾ ਹੀ ਖਰਾਬ ਹੋਣਾ, ਮਰੀਜ਼ ਦੀ ਪਰਚੀ ਲਿਖ ਦੋਗੇ ਦਵਾਈ ਦੇਣ ਲਈ, ਤੁਹਾਡੇ ਕੋਲੇ ਦਵਾਈ ਨਹੀਂ। ਕਿਸੇ ਨੇ 10 ਬਿਮਾਰੀਆਂ ਦੱਸਤੀਆਂ, ਉਹਨੂੰ 2 ਤਰੀਕੇ ਦੀਆਂ ਦਵਾਈਆਂ ਦੇ ਕੇ ਡਾਕਟਰ ਕਹੂਗਾ ਆਹ ਲੈ ਲਾ 2 ਦਵਾਈਆਂ, ਤੇ ਜਿਹੜੀ ਉਹਨੂੰ ਪਤਾ ਹੈ ਵੀ ਅਸਲੀ ਦਵਾਈ ਮੈਂ ਲਿਖਣੀ ਆ, ਉਹ ਦਵਾਈ ਹੈ ਨਹੀਂ, ਉਹ ਲਿਖਦਾ ਹੀ ਨਹੀਂ। ਤੋ ਇਹ ਬਹੁਤ ਕਾਰਨ ਨੇ। ਮੇਰਾ ਤਾਂ ਹੈਗਾ ਹੀ ਆ, ਮੈਂ ਤਾਂ ਵਪਾਰੀ ਆ, ਵਪਾਰੀਆਂ ਨਾਲ ਬੈਠੀ ਆ। ਔਰ ਇਹਨਾਂ ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।